ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਸ਼ਾਹਿਦ ਸ਼ਬੀਰ ਆਫੀਸ਼ੀਅਲ। ਥੋੜ੍ਹੀ ਦੇਰ ਪਹਿਲੇ ਅਸੀਂ ਤੁਹਾਨੂੰ ਲਾਈਵ ਲੈ ਕੇ ਆਏ ਸੀ, ਔਰ ਤੁਹਾਨੂੰ ਗੁਰਪਿਆਰੀ ਸੰਗਤ ਜੀ ਅਸੀਂ ਦੱਸ ਰਹੇ ਸਾਂ ਕਿ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚੁਆ ਬਾਬਾ ਗੁਰੂ ਨਾਨਕ ਸਾਹਿਬ ਜਿਹੜਾ ਉਹ ਖੁੱਲ੍ਹਣ ਲਈ ਜਾ ਰਿਹਾ, ਔਰ ਇਸ ਵੇਲੇ ਸਾਡੇ ਕੋਲ ਕਮੇਟੀ ਮਤਲਬ ਕਿ ETBP ਬੋਰਡ ਜਿਹੜਾ ਉਹਦੇ ਡਿਪਟੀ ਸੈਕਟਰੀ ਜਿਹੜੇ ਨੇ ਆਪਣਾ ਸਾਡੇ ਇਮਰਾਨ ਗੋਂਦਲ ਸਾਹਿਬ, ਸਿੱਖ ਹੋਲੀ ਸ਼ਰਾਈਨਸ ਨੂੰ ਜਿਹੜੇ ਡੀਲ ਕਰ ਰਹੇ ਨੇ ਉਹ ਆਏ ਹੋਏ ਨੇ, ਔਰ ਅਚਾਨਕ ਉਹਨਾਂ ਦੀ ਆਮਦ ਦੇ ਸਾਨੂੰ ਇੰਨਾ ਕੋਈ ਖਾਸ ਪਤਾ ਨਹੀਂ ਸੀ, ਲੇਕਿਨ ਅਸੀਂ ਕੁਛ ਅੱਛੀਆਂ ਗੱਲਾਂ ਜਿਹੜੀਆਂ ਨੇ ਜਿਹੜੀਆਂ ਸੰਗਤਾਂ ਸਾਨੂੰ ਪੁੱਛਦੀਆਂ ਨੇ ਇੱਥੇ ਕੀ ਹੋਏਗਾ, ਕਿਸ ਤਰ੍ਹਾਂ ਹੋਏਗਾ, ਕਿੰਝ ਹੋਏਗਾ, ਉਹ ਸਾਰਾ ਦਾ ਸਾਰਾ ਜਿਹੜਾ ਉਹ ਵਕਫ ਬੋਰਡ ਦੀ ਟੀਮ ਜਿਹੜੀ ਹੈ ਇੱਥੇ ਪਹੁੰਚੀ ਹੈ, ਜਿਸ ਤਰ੍ਹਾਂ ਕਿ ਪਹਿਲੇ ਸਾਰੇ ਗੁਰਦੁਆਰਿਆਂ ਦੇ ਵਿੱਚ ਉਹ ਸੇਵਾ ਨਿਭਾ ਰਹੇ ਨੇ, ਹੁਣ ਫਿਰ ਉਹ ਸੇਵਾ ਨਿਭਾਉਣਗੇ। ਆਓ ਅਸੀਂ ਚੱਲਦੇ ਹਾਂ, ਕਿਉਂਕਿ ਹਲੇ 10 ਦਿਨ ਪਹਿਲੇ ਹੀ ਇੱਕ ਗੁਰਦੁਆਰਾ ਸਾਹਿਬ ਖੁੱਲ੍ਹਾ ਗਿਆ, ਹੁਣ ਦੂਸਰਾ ਗੁਰਦੁਆਰਾ ਸਾਹਿਬ ਜਿਹੜਾ ਉਹ ਖੁੱਲ੍ਹਣ ਲਈ ਜਾ ਰਿਹਾ, ਅਤੇ ਲੱਖੋ ਲੱਖ ਵਧਾਈਆਂ ਸਾਰੀ ਗੁਰਪਿਆਰੀ ਸੰਗਤ ਜੀ ਤੁਹਾਨੂੰ, ਜਗਤ ਸੰਗਤ ਨੂੰ ਜਿਹੜੀ ਤੁਸੀਂ ਸੁਬਾ ਸ਼ਾਮ ਅਰਦਾਸ ਕਰਦੇ ਹੋ ਉਹ ਪਾਕਿਸਤਾਨ ਵਿੱਚ ਪੂਰੀ ਹੋਣ ਲਈ ਜਾ ਰਹੀ ਹੈ, ਖੁੱਲ੍ਹੇ ਦਰਸ਼ਨ ਅਤੇ ਦੀਦਾਰ ਉਹਨਾਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਗੁਰਪਿਆਰੀ ਸੰਗਤ ਨੂੰ ਵਿਛੋੜਿਆ ਗਿਆ। ਆਓ ਅਸੀਂ ਕੀ ਪ੍ਰਬੰਧ ਕਰ ਰਹੇ ਨੇ, ਸਾਡੀ ਕਮੇਟੀ ਕੀ ਪ੍ਰਬੰਧ ਕਰ ਰਹੀ ਹੈ, ਆਓ ਅਸੀਂ ਗੱਲ ਕਰਦੇ ਹਾਂ। ਚੱਲਦੇ ਹਾਂ ਅਸੀਂ, ਜੀ ਅਸਲਾਮ ਵਾਲੇਕੁਮ ਸਰ। ਜੀ ਅਸਲਾਮ ਵਾਲੇਕੁਮ ਜੀ ਸ਼ਾਹ ਸਾਹਿਬ, ਕੀ ਹਾਲ ਹੈ ਸਰ? ਕੈਸੇ ਆਪ? ਖੈਰੀਅਤ ਸੇ? ਠੀਕ ਹੈ ਸਰ ਜੀ, ਅਲਹਮਦੁਲਿਲਾਹ। ਸਰ ਪਹਿਲੇ ਤਾਂ ਹਮ ਬਹੁਤ ਜ਼ਿਆਦਾ ਸ਼ੁਕਰ ਗੁਜ਼ਾਰ ਹੈ ਕਿ ਆਪ ਬਿਲਕੁਲ ਇੱਕਦਮ ਸੇ ਆਪਨੇ ਵਿਜ਼ਿਟ ਕੀਆ ਔਰ ਯਹਾਂ ਪਰ ਆਏ, ਔਰ ਯਹਾਂ ਪਰ ਜੋ ਗੁਰਦੁਆਰਾ ਸਾਹਿਬ ਖੁੱਲ੍ਹਣੇ ਕੇ ਲੀਏ ਜਾ ਰਹਾ ਹੈ, ਔਰ ਇਤਨੇ ਸ਼ੋਰਟ ਨੋਟਿਸ ਮੇ ਸਰ, ਅਭੀ ਪਿਛਲੇ ਹਫਤੇ ਤੋਂ ਆਪਨੇ ਖਾਰਾ ਸਾਹਿਬ ਖੋਲ੍ਹਾ ਹੈ, ਔਰ ਅਬ ਯੇ ਗੁਰਦੁਆਰਾ ਸਾਹਿਬ ਜੋ ਹੈ। ਸ਼ਾਹ ਸਾਹਿਬ, ਪਹਿਲੇ ਤਾਂ ਮੈਂ ਜਿਹੜੀ ਪੂਰੀ ਦੁਨੀਆ ਦੀ ਸਿੱਖ ਸੰਗਤ ਹੈ ਉਹਨਾਂ ਨੇ ਮੁਬਾਰਕਬਾਦ ਦੇਣਾ ਚਾਹੁੰਦਾ, ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਇਮਰਾਨ ਖਾਨ ਦਾ ਵਿਜ਼ਨ ਹੈ ਸਿੱਖਾਂ ਦੇ ਬਾਰੇ 'ਚ ਔਰ ਉਹਨਾਂ ਦੀ ਵੈਲਫੇਅਰ ਦੇ ਬਾਰੇ 'ਚ, ਕਰਤਾਰਪੁਰ ਕੋਰੀਡੋਰ ਦਾ ਉਹਨਾਂ ਗਿਫਟ ਦਿੱਤਾ, ਫਿਰ ਬਾਕੀ ਚੀਜ਼ਾਂ ਗੁਰਦੁਆਰਾ ਖਾਰਾ ਸਾਹਿਬ ਜਿਹੜਾ ਉਹ ਅਸੀਂ ਉਸ 'ਤੇ ਕੰਮ ਸ਼ੁਰੂ ਕਰ ਦਿੱਤਾ, ਉਹ ਵੀ ਇਨਸ਼ਾਅੱਲਾ 2 ਅਗਸਤ ਨੂੰ ਚੇਅਰਮੈਨ ਸਾਹਿਬ ਬਕਾਇਦਾ ਜਾ ਕੇ ਉੱਥੇ ਡਿਵੈਲਪਮੈਂਟ ਦੇ ਕੰਮ ਦਾ ਜਿਹੜਾ ਉਹ ਸਾਰਾ ਕਰਨਗੇ ਮੋਨੀਟਰ। ਔਰ ਇਹ ਗੁਰਦੁਆਰਾ ਸਾਹਿਬ ਜਿਹੜਾ ਗੁਰਦੁਆਰਾ ਚੋਹਾ ਸਾਹਿਬ, ਇਹ ਚੇਅਰਮੈਨ ਸਾਹਿਬ ਆਉਣਗੇ, ਡਾਕਟਰ ਆਮਿਰ ਅਹਿਮਦ ਸਾਹਿਬ, ਉਹ ਆ ਕੇ ਜੀ ਜੁਮੇ ਵਾਲੇ ਦਿਨ 26 ਅਗਸਤ ਨੂੰ ਉਹ ਤਮਾਮ ਜਿਹੜੀ ਪਾਕਿਸਤਾਨੀ ਸਿੱਖ ਸੰਗਤ ਹੈ ਔਰ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਸਿੱਖ ਆਏਗੀ ਉਹਨਾਂ ਦੀ ਮੌਜੂਦਗੀ 'ਚ ਇਸਦਾ ਇਫਤਤਾਹ ਕਰਨਗੇ। ਇਫਤਤਾਹ ਤੋਂ ਬਾਅਦ ਇਨਸ਼ਾਅੱਲਾ ਚੇਅਰਮੈਨ ਦੇ ਵਿਜ਼ਨ ਦੇ ਮੁਤਾਬਿਕ, ਗਵਰਨਮੈਂਟ ਆਫ ਪਾਕਿਸਤਾਨ ਦੇ ਵਿਜ਼ਨ ਦੇ ਮੁਤਾਬਿਕ, ਸਿੱਖ ਟੂਰਿਜ਼ਮ ਨੂੰ ਔਰ ਉਹਨਾਂ ਦੀ ਮਜ਼ਹਬੀ ਜਮਾਤਾਂ ਨੂੰ ਪ੍ਰਿਜ਼ਰਵ ਕਰਨ ਵਾਸਤੇ ਔਰ ਪ੍ਰਮੋਟ ਕਰਨ ਵਾਸਤੇ ਅਸੀਂ ਇਨਸ਼ਾਅੱਲਾ ਵੈਕਿਊ ਟਰੱਸਟ ਪ੍ਰੋਪਰਟੀ ਬੋਰਡ ਜਿਹੜਾ ਹੈ ਇੰਟਰਨੈਸ਼ਨਲ ਸਟੈਂਡਰਡ ਦੀ ਕੰਪਨੀ, ਇਸ ਦੀ ਕੰਜ਼ਰਵੇਸ਼ਨ ਔਰ ਪ੍ਰਿਜ਼ਰਵੇਸ਼ਨ ਵਾਸਤੇ ਹਾਇਰ ਕਰੇਗੀ। ਇਸ ਦਾ ਕੋਈ ਆਰਕੀਟੈਕਟ ਅਸੀਂ ਡੈਮੇਜ ਨਹੀਂ ਕਰਾਂਗੇ, ਕੋਈ ਇਸ ਨੂੰ ਸਿਰਫ ਪ੍ਰਿਜ਼ਰਵ ਕਰਾਂਗੇ, ਔਰ ਇੰਟਰਨੈਸ਼ਨਲ ਸਿੱਖ ਕਮਿਊਨਿਟੀ ਵਾਸਤੇ ਐਜ਼ ਅ ਰਿਲੀਜੀਅਸ ਟੂਰਿਸਟ ਸਾਈਟ ਅਸੀਂ ਇਸ ਨੂੰ ਇਨਸ਼ਾਅੱਲਾ ਜਿਹੜਾ ਉਹ ਪ੍ਰਿਜ਼ਰਵ ਕਰਕੇ ਓਪਨ ਕਰਾਂਗੇ ਜੀ। ਸਰ ਜਿਸ ਤਰ੍ਹਾਂ ਤੁਸੀਂ ਕਿ ਆਰਕੀਟੈਕਚਰ ਨੂੰ ਕਿਹਾ 26 ਜੁਲਾਈ 2 ਦਿਨ ਪਹਿਲੇ ਜਿਹੜਾ ਤੁਸੀਂ ਕਹਿ ਰਹੇ ਹੋ ਜੀ, ਸਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਹਨੂੰ ਪ੍ਰਿਜ਼ਰਵ ਕੀਤਾ ਜਾਏਗਾ ਇਨ ਰੀਅਲ ਆਰਕੀਟੈਕਚਰ, ਜਿਸ ਤਰ੍ਹਾਂ ਕਿ ਗੁਰਦੁਆਰਾ ਮਾਲਜੀ ਸਾਹਿਬ ਨੂੰ ਪ੍ਰਿਜ਼ਰਵ ਕੀਤਾ ਗਿਆ ਬਿਲਕੁਲ ਰੀਅਲ ਸ਼ੇਪ ਦੇ ਵਿੱਚ, ਉਹਨੂੰ ਡੈਮੇਜ ਨਹੀਂ ਕੀਤਾ ਗਿਆ ਕਿਸੇ ਪਾਰਟ ਨੂੰ ਵੀ, ਔਰ ਉਸੇ ਤਰ੍ਹਾਂ ਹੀ ਤੁਸੀਂ ਚਾਹ ਰਹੇ ਹੋ ਸਰ? ਸ਼ਾਹਿਦ ਬਾਈ ਜਿਹੜੇ ਆਏ ਨੇ ਜੀ, ਹੁਣ ਸਾਡੇ ਨਵੇਂ ਚੇਅਰਮੈਨ ਆਏ ਨੇ, ਚੇਅਰਮੈਨ ਡਾਕਟਰ ਆਮਿਰ ਅਹਿਮਦ ਸਾਹਿਬ, ਔਰ ਗਵਰਨਮੈਂਟ ਆਫ ਪਾਕਿਸਤਾਨ ਦਾ ਵੀ ਇਹ ਵਿਜ਼ਨ ਹੈ ਕਿ ਜੀ ਸਿੱਖ ਹੈਰੀਟੇਜ ਨੂੰ ਜਿਹੜਾ ਉਹ ਪ੍ਰਿਜ਼ਰਵ ਕੀਤਾ ਜਾਏ, ਬੇਸਿਕਲੀ ਉਸਨੂੰ ਜਿਹੜੀ ਉਸਦੀ ਓਰਿਜਨਲ ਸ਼ੇਪ ਹੈ ਉਸ 'ਚ ਉਸਦੀ ਕੰਜ਼ਰਵੇਸ਼ਨ ਵੀ ਹੋਏ, ਪ੍ਰਿਜ਼ਰਵੇਸ਼ਨ ਵੀ ਹੋਏ, ਤਾਂ ਕਿ ਜਿਹੜੀ ਸਿੱਖ ਇੰਟਰਨੈਸ਼ਨਲ ਕਮਿਊਨਿਟੀ ਆਉਂਦੀ ਹੈ ਉਹ ਇਹਨਾਂ ਨੂੰ ਵੇਖ ਕੇ ਖੁਸ਼ ਹੋਏ। ਨਈ ਬਿਲਡਿੰਗਸ ਬਣਾਉਣਾ ਦਾ ਕੋਈ ਦੂਸਰਾ ਜਿਹੜਾ ਉਹ ਫਾਇਦਾ ਨਹੀਂ ਜਦਨ ਤੱਕ ਉਸਦਾ ਹੈਰੀਟੇਜ ਤੋਂ ਜਿਹੜਾ ਰਿਚ ਹੈਰੀਟੇਜ ਹੈ ਉਸਨੂੰ ਪ੍ਰੋਟੈਕਟ ਨਾ ਕੀਤਾ ਜਾਏ, ਅਤੇ ਅਸੀਂ ਇਸ ਨੂੰ ਇਨਸ਼ਾਅੱਲਾ ਜੀ ਪ੍ਰੋਟੈਕਟ ਕਰਾਂਗੇ ਔਰ ਇੰਟਰਨੈਸ਼ਨਲ ਜਿਹੜੇ ਸਟੈਂਡਰਡ ਦੀ ਕੰਪਨੀਜ਼ ਨੂੰ ਉਹਨਾਂ ਨੂੰ ਅਸੀਂ ਹਾਇਰ ਕਰਾਂਗੇ ਇਸ ਵਾਸਤੇ। ਅਤੇ ਸਰ ਮਤਲਬ ਕਿ ਕਿੰਨੀ ਕੁ ਦੇਰ ਦਾ ਪ੍ਰੋਜੈਕਟ ਹੋਏਗਾ ਔਰ ਕਿੰਨੀ ਕੁ ਦੇਰ ਦੇ ਵਿੱਚ ਇਹਨੂੰ ਪ੍ਰਿਜ਼ਰਵ ਕਰਕੇ? ਇਨਸ਼ਾਅੱਲਾ ਕੱਲ ਪਰਸੂ ਜਿਹੜਾ 26 ਅਗਸਤ ਨੂੰ ਇਸਦਾ ਚੇਅਰਮੈਨ ਸਾਹਿਬ ਜਿਹੜੇ ਉਹ ਬਾਕਾਇਦਾ ਤੌਰ 'ਤੇ ਜਿਸ ਤਰ੍ਹਾਂ ਜਿਸ ਵਕਤ ਇਫਤਤਾਹ ਕਰ ਦੇਣਗੇ, ਫਿਰ ਮੁਖਤਲਿਫ, ਮੈਂ ਹੁਣ ਨਾ ਇਸ ਵਾਸਤੇ ਨਹੀਂ ਲੈਣਾ ਚਾਹ ਰਿਹਾ ਕਿ ਮੁਖਤਲਿਫ ਜਿਹੜੀ ਔਰਗਨਾਈਜੇਸ਼ਨ ਔਰ ਕੰਪਨੀਜ਼ ਨੂੰ ਉਹਨਾਂ ਨਾਲ ਵੈਕਿਊ ਟਰੱਸਟ ਪ੍ਰੋਪਰਟੀ ਬੋਰਡ ਰਾਬਤੇ 'ਚ ਹੈ, ਜਿਨ੍ਹਾਂ ਦੀ ਐਕਸਪਰਟੀਜ਼ ਨੂੰ ਇਸ 'ਚੋਂ ਇਸ ਕੰਮ 'ਚੋਂ ਕੰਜ਼ਰਵੇਸ਼ਨ ਔਰ ਪ੍ਰਿਜ਼ਰਵੇਸ਼ਨ 'ਚੋਂ, ਅਤੇ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਐਜ਼ ਸੂਨ ਐਜ਼ ਪੋਸੀਬਲ, ਲੇਕਿਨ ਜਲਦੀ 'ਚ ਅਸੀਂ ਇਸ ਦਾ ਹੈਰੀਟੇਜ ਵੈਲਿਊ ਨਹੀਂ ਉਸਨੂੰ ਖਰਾਬ ਕਰਨਾ ਚਾਹ ਰਹੇ, ਟਾਈਮ ਬੇਸ਼ੱਕ ਥੋੜ੍ਹਾ ਲੱਗੇ ਲੇਕਿਨ ਇਸਦੀ ਓਰਿਜਨਲ ਹੈਰੀਟੇਜ ਵੈਲਿਊ ਅਸੀਂ ਬਰਕਰਾਰ ਰੱਖਾਂਗੇ। ਸਰ ਇਹ ਤਾਂ ਬਹੁਤ ਵਧੀਆ ਗੱਲ ਹੈ, ਜਿਹੜੀ ਸਾਡੀ ਜਿਹੜੀ ਆਵਾਜ਼ ਸੀ ਹੈਰੀਟੇਜ ਨੂੰ ਪ੍ਰਿਜ਼ਰਵ ਕਰਨ ਦੀ, ਯਕੀਨ ਕਰੋ ਕਿ ਅੱਜ ਮੈਂ ਜਦੋਂ ਵੀਡੀਓ ਕਰ ਰਿਹਾ ਸੀ ਤਾਂ ਮੇਰੀਆਂ ਅੱਖਾਂ ਦੇ ਵਿੱਚ ਆਂਸੂ ਸਨ, ਜਦੋਂ ਜਿਸ ਵੇਲੇ ਇਹ ਹੋਇਆ ਕਿ ਚਲੋ
ਕਿਸੇ ਵੀ ਮਜ਼ਹਬ ਦੀ ਕੋਈ ਇਬਾਦਤ ਗਾਹ ਹੈ, ਅਗਰ ਉਹ ਰਿਪੇਅਰ ਹੋ ਕੇ ਪ੍ਰਿਜ਼ਰਵ ਹੋ ਕੇ ਉਹਨਾਂ ਨੂੰ ਅਗਰ ਵਾਪਸ ਦੇ ਦਿੱਤੀ ਜਾਏਗੀ ਤਾਂ ਕਿੰਨਾ ਵੱਡਾ ਇੱਕ ਸਵਾਬ ਦਾ ਕੰਮ ਵੀ ਹੈ, ਔਰ ਸਾਡਾ ਜਿਹੜਾ PM ਸਾਹਿਬ ਦਾ ਜਿਹੜਾ ਵਿਜ਼ਨ ਹੈ, ਔਰ ਕਾਇਦ ਅਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ 72 ਈਅਰਸ ਜਿਹੜੀ ਪਹਿਲੇ ਗੱਲ ਕਹੀ ਸੀ ਕਿ ਪਾਕਿਸਤਾਨ ਫੋਰ ਐਵਰੀਵਨ, ਜਿਹੜਾ ਪਾਕਿਸਤਾਨ 'ਚ ਰਹਿ ਰਿਹਾ ਪਾਕਿਸਤਾਨ ਉਹਦਾ ਹੈ, ਅਤੇ ਸਿੱਖ ਇਜ਼ ਆਲਸੋ ਪਾਰਟ ਆਫ ਦਾ ਪਾਕਿਸਤਾਨ, ਔਰ ਸਾਡੇ ਸਿਰ ਦਾ ਝੂਮਰ ਹੈ ਸਾਡੀ ਮਿਨੋਰਟੀ ਜਿਹੜੀ ਹੈ, ਔਰ ਅਸੀਂ ਬੜੀ ਕਦਰ ਦੀ ਨਿਗਾਹ ਨਾਲ ਦੇਖਦੇ ਹਾਂ ਇਹਨਾਂ ਨੂੰ, ਔਰ ਤੁਹਾਡੀਆਂ ਜਿਹੜੀਆਂ ਖਿਦਮਤਾਂ ਨੇ ਪਹਿਲੇ ਹੀ ਬੇਸ਼ਕੀਮਤ ਨੇ, ਔਰ ਤੁਹਾਡੇ ਅੰਡਰ ਆ ਕੇ ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਐਸੀਆਂ ਹੋਈਆਂ ਨੇ ਸਰ, ਜਿਨ੍ਹਾਂ ਦੀ ਅਸੀਂ ਖੁਆਇਸ਼ਮੰਦ ਸਾਂ ਪਹਿਲੇ ਕਿ ਉਹਨਾਂ ਨੂੰ ਇੱਕ ਲਾਈਨ ਲੈਂਥ ਮਿਲੇ। ਦੁਆ ਕਰੋ ਜੀ ਤੁਸੀਂ ਸਿੱਖ ਸੰਗਤ, ਸਾਡੀ ਸਾਰੀ ਕਮਿਊਨਿਟੀ ਜਿਹੜੀ ਸਿੱਖ ਕਮਿਊਨਿਟੀ ਹੈ ਉਹਨਾਂ ਦੇ ਅੱਗੇ ਵੀ ਸਾਡੀ ਰਿਕੁਐਸਟ ਹੈ, ਔਰ ਤੁਹਾਡੇ ਅੱਗੇ ਵੀ ਰਿਕੁਐਸਟ ਹੈ ਕਿ ਤੁਸੀਂ ਦੁਆ ਕਰੋ, ਅਰਦਾਸ ਕਰੋ ਕਿ ਅਸੀਂ ਜਿਹੜਾ ਨੋਬਲ ਮਿਸ਼ਨ ਗਵਰਨਮੈਂਟ ਆਫ ਪਾਕਿਸਤਾਨ ਨੇ ਪ੍ਰਾਈਮ ਮਿਨਿਸਟਰ ਦੀ ਸੁਪਰਵਿਜ਼ਨ 'ਚੋਂ ਔਰ ਡਾਕਟਰ ਆਮਿਰ ਅਹਿਮਦ ਚੇਅਰਮੈਨ ਸਾਹਿਬ ਦੀ ਸਰਬਰਾਈ ਇਹ ਜਿਹੜਾ ਬੇੜਾ ਚੁੱਕਿਆ, ਅਸੀਂ ਇਸ 'ਚੋਂ ਸੁਰਖਰੂ ਹੋਈਏ, ਨੋਬਲ ਮਿਸ਼ਨ ਹੈ ਅਤੇ ਇਸ 'ਚੋਂ ਅੱਲਾਹ ਤਾਲਾ ਸਾਨੂੰ ਕਾਮਯਾਬੀ ਦੇ। ਸਰ ਇਸ ਤਰ੍ਹਾਂ ਪਹਿਲੀ ਪਾਤਸ਼ਾਹੀ ਦੇ ਕੁਛ ਹੋਰ ਗੁਰਦੁਆਰੇ ਵੀ ਹੈ ਨੇ, ਕਿਆ ਇਹਦੇ ਮੁਤਲਕ ਅਸੀਂ ਅੱਗੇ ਵੀ ਖੁਸ਼ੀ ਦੇ ਮੈਸੇਜ ਜਿਹੜੇ ਨੇ ਨਕਾਰੇ ਸੁਣਦੇ ਰਵਾਂਗੇ? ਸਰ ਇਹ ਜਿਹੜੀ ਹੈ ਇਨਸ਼ਾਅੱਲਾ ਚੇਅਰਮੈਨ ਸਾਹਿਬ ਆਉਣਗੇ ਅਤੇ ਉਹ ਹੀ, ਕਿਉਂਕਿ ਇਸ ਦੀ ਹੈਡ ਆਫ ਦੀ ਡਿਪਾਰਟਮੈਂਟ ਜੀ ਸਰ, ਉਹ ਇਸ ਬਾਰੇ 'ਚ ਜਿਹੜਾ ਉਹ ਦੱਸਣਗੇ, ਇਨਸ਼ਾਅੱਲਾ ਅੱਛੀਆਂ ਚੀਜ਼ਾਂ ਹੋਣਗੀਆਂ। ਮੈਂ ਸਰ ਕੋਂਗਰੈਚੁਲੇਸ਼ਨ ਮੈਂ ਹੀ ਕਹਾਂਗਾ ਤੁਹਾਨੂੰ, ਸਭ ਤੋਂ ਜ਼ਿਆਦਾ ਕੋਂਗਰੈਚੁਲੇਸ਼ਨ ਹੈ ਕਿਉਂਕਿ ਤੁਸੀਂ ਇੱਕ ਬੇੜਾ ਚੁੱਕਿਆ ਹੋਇਆ। ਮੈਂ ਤੁਹਾਨੂੰ ਗੁਰੂ ਪੁਰਬ 'ਤੇ ਦੇਖਿਆ, ਤੁਹਾਨੂੰ ਮੈਂ ਵਿਸਾਖੀ 'ਤੇ ਦੇਖਿਆ, ਤੁਸੀਂ ਪੂਰੀ ਪੂਰੀ ਰਾਤ ਜਾਗਦੇ ਹੋ, ਸੰਗਤ ਦੀ ਇੱਕ ਇੱਕ ਚੀਜ਼ ਨੂੰ ਨੋਟ ਕਰਦੇ ਹੋ, ਔਰ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਹੋਏ ਬਾਕੀ ਭਰਾ ਜਿਹੜੇ ਸਾਡੇ ਖਲੋਤੇ ਹੋਏ ਨੇ, ਇਹਨਾਂ ਦੀਆਂ ਵੀ ਡਿਊਟੀਜ਼ ਜਿਹੜੀਆਂ ਨੇ ਕਿਸੇ ਤੋਂ ਛੁਪੀਆਂ ਹੋਈਆਂ ਨਹੀਂ ਹੈ। ਇਹ ਸਮਝ ਲਓ ਕਿ ਆਲ ਇਨ ਆਲ ਪਾਕਿਸਤਾਨ ਦੇ ਵਿੱਚ ਜਿਹੜੇ ਜਿੰਨੇ ਵੀ ਗੁਰਦੁਆਰਾ ਸਾਹਿਬ ਜਿਹੜੇ ਐਕਟਿਵ ਨੇ ਜਾਂ ਐਕਟਿਵ ਨਹੀਂ ਨੇ, ਉਹਨਾਂ ਸਾਰਿਆਂ ਦਾ ਚਾਰਜ ਜਿਹੜਾ ਹੈ ਸਾਡੇ ਸਾਹਿਬਾਨ ਜਿਹੜੇ ਖਲੋਤੇ ਹੋਏ ਨੇ ਇਹਨਾਂ ਕੋਲ, ਇਹ ਮੇਨਟੇਨ ਕਰਵਾ ਰਹੇ ਨੇ, ਇਹ ਇਹਨਾਂ ਦੀ ਦੇਖ ਰੇਖ ਕਰ ਰਹੇ ਨੇ। ਸਾਡੀ ਦੁਆ ਹੈ ਕਿ ਅੱਲਾਹ ਤਾਲਾ ਨੂੰ ਸਿਹਤ ਤੰਦਰੁਸਤੀ ਦੇ, ਔਰ ਇਸੇ ਤਰ੍ਹਾਂ ਦੇ ਨੋਬਲ ਕਾਸਟ ਕਰਨ ਦੀ ਮਜ਼ੀਦ ਜਿਹੜੀ ਹੈ ਸਾਡੇ PM ਸਾਹਿਬ ਜਿਹੜੇ ਨੇ ਅੱਛੇ ਤੋਂ ਅੱਛੇ ਐਲਾਨ ਕਰਨ, ਔਰ ਅਸੀਂ ਇਨਸ਼ਾਅੱਲਾ ਉਹਨਾਂ ਨੂੰ ਲੈ ਕੇ ਅੱਗੇ ਵਧਾਂਗੇ। ਸਰ ਬਹੁਤ ਜ਼ਿਆਦਾ ਸ਼ੁਕਰੀਆ, ਥੈਂਕ ਯੂ। ਲਓ ਜੀ ਗੁਰੂ ਪਿਆਰੀ ਸੰਗਤ ਜੀ, ਤੁਸੀਂ ਦੇਖ ਰਹੇ ਸੀ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚਵਾ ਬਾਬਾ ਗੁਰੂ ਨਾਨਕ ਸਾਹਿਬ, 1522 ਔਰ 1522 ਦੇ ਵਿੱਚ ਬਾਬਾ ਗੁਰੂ ਨਾਨਕ ਸਾਹਿਬ ਇੱਥੇ ਆ ਕੇ ਬੈਠੇ, ਔਰ ਇਸ ਜਗ੍ਹਾ ਦੇ ਉੱਤੇ ਜਲ ਦੀ ਕਮੀ ਹੋਣ ਦੇ ਪਾਰੋਂ ਜਿਹੜੀ ਰੋਹਤਾਸ ਕਿਲੇ ਦੇ ਅੰਦਰ ਜਿਹੜੀ ਸੰਗਤ ਰਹਿੰਦੀ ਸੀ ਉਹਨਾਂ ਨੇ ਬਾਬਾ ਜੀ ਤੋਂ ਅਰਦਾਸ ਕੀਤੀ ਕਿ ਉਹਨਾਂ ਕੋਲੋਂ ਪਾਣੀ ਦੇ ਮੁਤਲਕ ਕਿਹਾ ਕਿ ਇੱਥੇ ਜਲ ਨਹੀਂ ਹੈ, ਔਰ ਬਾਬਾ ਜੀ ਇੱਥੇ ਬੈਠੇ, ਔਰ ਇੱਕ ਰਵਾਇਤ ਦੇ ਮੁਤਾਬਕ 4 ਦਿਨ, ਦੂਸਰੀ ਰਵਾਇਤ ਦੇ ਮੁਤਾਬਕ 12 ਦਿਨ ਬਾਬਾ ਗੁਰੂ ਨਾਨਕ ਸਾਹਿਬ ਬੈਠੇ, ਔਰ ਇਸ ਜਗ੍ਹਾ ਦੇ ਉੱਤੇ ਜਲ ਬਰਾਮਦ ਹੋਇਆ ਜਿਹਨੂੰ ਕਿ ਅੰਮ੍ਰਿਤ ਕੁੰਡ ਕਿਹਾ ਜਾਂਦਾ ਹੈ। ਇਹ ਅੰਮ੍ਰਿਤ ਕੁੰਡ ਜਿਹੜਾ ਇਸ ਵੇਲੇ ਤੁਸੀਂ ਦੇਖ ਰਹੇ ਹੋ, ਇਹ ਇਸ ਵੇਲੇ ਸਰੋਵਰ ਸਾਹਿਬ ਦੇ ਜਿਹੜਾ ਹੈ ਉਹ ਮੌਜੂਦ ਹੈ, ਔਰ ਜਦੋਂ ਉਹਦਾ ਪਾਣੀ ਜ਼ਿਆਦਾ ਹੁੰਦਾ ਹੈ ਤਾਂ ਬਾਹਰ ਨਿਕਲ ਜਾਂਦਾ ਹੈ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ। ਦਿਸ ਵੀਡੀਓਜ਼ ਬਿਲੋਂਗ ਟੂ ਸ਼ਾਹਿਦ ਸ਼ਬੀਰ ਆਫਿਸ਼ੀਅਲ ਸਰ, ਦੈਨ ਨੋ ਬਡੀ ਹੈਵ ਟੂ ਰਾਈਟ ਟੂ ਡਾਊਨਲੋਡ ਦੈਨ ਸ਼ੇਅਰ ਔਨ ਦੇਅਰ ਪੇਜ ਔਰ ਯੂਟਿਊਬ ਪੇਜ, ਸੋ ਪਲੀਜ਼ ਇਫ ਯੂ ਵਾਂਟ ਟੂ ਸ਼ੇਅਰ ਦੈਨ ਯੂ ਸ਼ੁੱਡ ਬੀ ਸੇਵ ਮਾਈ ਲਿੰਕ ਐਂਡ ਪ੍ਰੋਪਰਲੀ ਸ਼ੇਅਰ ਟੂ ਦੈਟ। ਮਿਰਜ਼ਾ ਸਾਹਿਬ, ਹਾਂਜੀ ਜੀ, ਇੱਕ ਵਾਰੀ ਫਿਰ ਜੀ ਬੇਸੀ ਜੀ, ਹਾਂਜੀ ਗੱਲ ਕਰ ਰਹੇ ਸਾਂ, ਅਸਲ ਵਿੱਚ ਉਹ ਇਸ ਤਰ੍ਹਾਂ ਕਿ ਦੇਖੋ ਤੁਸੀਂ ਅਥਾਰਟੀਜ਼ ਵੀ ਪਹੁੰਚ ਗਏ, ਅਥਾਰਟੀਜ਼ ਪਹੁੰਚ ਗਏ ਨੇ ਇਸ ਤਰ੍ਹਾਂ ਕਿ ਜਿਹੜਾ ਸੀ ਗੁਰਦੁਆਰਾ ਖਰਾ ਸਾਹਿਬ ਉਹਦੀ ਬਜਾਏ ਉਹ ਜਿਹੜੀ ਡੇਟ ਦਿੱਤੀ ਗਈ ਹੈ 26 ਨੂੰ ਜੁੰਮੇ ਨੂੰ ਪਰਸੋਂ ਆ ਰਹੀ ਹੈ ਉਹ ਇਸ ਦੀ ਹੈ, ਅਸਲ ਵਿੱਚ ਉਹ ਖਰਾ ਸਾਹਿਬ ਦੀ ਨਹੀਂ ਹੈ, ਖਰਾ ਸਾਹਿਬ ਦੀ ਨਹੀਂ ਹੈ, ਖਰਾ ਸਾਹਿਬ ਦੀ ਦੋ ਨੂੰ ਹੋਏਗੀ। ਅਤੇ ਇਹਦੀ ਓਪਨਿੰਗ ਜਿਹੜੀ ਸਾਨੂੰ ਵੀ ਨਹੀਂ ਸੀ, ਸਾਡਾ ਵੀ ਖਿਆਲ ਸੀ ਕਿ ਸ਼ਾਇਦ ਉਹ 2 ਨੂੰ ਹੈ, 2 ਅਗਸਤ ਨੂੰ ਹੈ, ਮਗਰ ਇਹ ਸਾਨੂੰ ਇੱਥੇ ਹੀ ਆ ਤਾਂ ਸਾਨੂੰ ਖੁਸ਼ਖਬਰੀ ਮਿਲ ਗਈ ਹੈ ਕਿ 1 ਦਿਨਾਂ ਵਿੱਚ 2 ਦਿਨ। ਅਤੇ ਜਨਾਬ ਉਹ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚਵਾ ਬਾਬਾ ਗੁਰੂ ਨਾਨਕ ਸਾਹਿਬ, ਔਰ ਅਸੀਂ ਲਾਈਵ ਲੈ ਕੇ ਆਏ ਹਾਂ ਸਾਡੇ ਡਿਪਟੀ ਸੈਕਟਰੀ ਸਿੱਖ ਹੋਲੀ ਸ਼ਰਾਈਨਸ ਜਿਹੜੇ ਨੇ ਉਹ ਪਹੁੰਚੇ ਨੇ, ਉਹਨਾਂ ਦਾ ਵਿਜ਼ਨ ਦੱਸਿਆ, PM ਦਾ ਵਿਜ਼ਨ ਦੱਸਿਆ, ਚੇਅਰਮੈਨ ਡਾਕਟਰ ਆਮਿਰ ਸਾਹਿਬ ਦਾ ਵਿਜ਼ਨ ਦੱਸਿਆ, ਸਾਡੇ ਸੈਕਟਰੀ ਸਾਹਿਬ ਜਿਹੜੇ ਨੇ ਤਾਰਿਕ ਵਜ਼ੀਰ ਸਾਹਿਬ ਉਹਨਾਂ ਦਾ, ਉਹਨਾਂ ਨੇ ਵਿਜ਼ਨ ਦੱਸਿਆ ਕਿ ਉਹ ਕੀ ਚਾਹੁੰਦੇ ਨੇ, ਸਿੱਖਾਂ ਵਾਸਤੇ ਕੀ ਚਾਹੁੰਦੇ ਨੇ। ਸਾਡਾ ਕੰਮ ਸੀ ਹਾਈਲਾਈਟ ਕਰਨਾ, ਸਾਡਾ ਕੰਮ ਸੀ ਹਿਸਟਰੀ ਨੂੰ ਕੱਢ ਕੇ ਲੈ ਕੇ ਆਉਣਾ, ਤੁਹਾਡਾ ਕੰਮ ਸੀ ਅਰਦਾਸ ਕਰਨਾ। ਦੇਖੋ ਸਾਡੇ ਕੰਮ, ਤੁਹਾਡੇ ਕੰਮ, ਦੋਵਾਂ ਦੇ ਰਲ ਕੇ, ਅਤੇ ਦੇਖੋ ਅੱਜ ਉਹ ਅਰਦਾਸ ਪੂਰੀ ਹੋ ਗਈ, ਔਰ ਇਹ ਗੁਰਦੁਆਰਾ ਜਿਹੜਾ ਉਹ ਖੁੱਲ੍ਹਣ ਵਾਸਤੇ ਜਾ ਰਿਹਾ, ਔਰ ਲੱਖਾਂ ਕਰੋੜਾਂ ਸੰਗਤਾਂ ਦਾ ਮੈਂ ਕਹਾਂਗਾ ਕਿ ਜਿਹੜੇ 30 ਕਰੋੜ ਨਾਨਕ ਨਾਮ ਲੇਵਾ ਦੁਨੀਆਂ 'ਚ ਬੈਠੇ ਹੋਏ ਨੇ ਉਹਨਾਂ ਦੀ ਅਰਦਾਸ ਪੂਰੀ ਹੋਈ, ਸੋਰੀ 12 ਕਰੋੜ ਨਾਨਕ ਨਾਮ ਲੇਵਾ ਜਿਹੜੇ ਨੇ ਉਹਨਾਂ ਦੀ ਅਰਦਾਸ ਪੂਰੀ ਹੋਈ, ਔਰ ਇਹ ਗੁਰਦੁਆਰਾ ਸਾਹਿਬ ਜਿਹੜਾ ਪਹਿਲੀ ਪਾਤਸ਼ਾਹੀ ਦਾ ਉਹ ਖੁੱਲ੍ਹਣ ਲਈ ਜਾ ਰਿਹਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਕੀਪ ਸ਼ੇਅਰ ਵਿਦ ਓਰਿਜਨਲ ਲਿੰਕ ਪਲੀਜ਼। ਰੱਬ ਰੱਖਾ ਜੀ।